ਦਰਸ਼ਨ ਵਿੱਚ ਕਿ ਤੇਰੇ ਜਦੋਂ ਪ੍ਰਾਰਥਨਾ ਕਰ ਰਿਹਾ ਸੀ ਕਿ ਤੇਰੇ ਦਾਨ ਪੁੰਨ, ਤੇਰੇ ਭਲੇ ਕੰਮ ਤੇ ਤੇਰੀਆਂ ਪ੍ਰਾਰਥਨਾਵਾਂ ਯਾਦਗਿਰੀ ਲਈ ਸਵਰਗ ਵਿੱਚ ਪਹੁੰਚ ਗਈਆਂ ਨੇ, ਤੇ ਹੁਣ ਤੂੰ ਅੱਗੇ ਕੰਮ ਕਰ, ਇਹ ਵੀ ਅੱਛਾ ਕੰਮ ਤੂੰ ਕੀਤਾ, ਪਰ ਹੁਣ ਤੂੰ ਪਤਰਸ ਨੂੰ ਸੱਦ ਲੈ ਤੇ ਅੱਗੇ ਹੋਰ ਬਚਨ ਸਿੱਖ, ਅੱਗੇ ਹੋਰ ਤਰੱਕੀ ਕਰ ਪ੍ਰਭੂ ਵਿੱਚ, ਅੱਗੇ ਹੋਰ ਰਾਜ ਲਈ ਤਿਆਰ ਹੋ। ਮੁਲਹਾਰੇ ਲਈ ਰੱਬ ਕੰਮ ਕਰੇਗਾ। ਬੋਲੋ ਹਾਲੇਲੂਯਾ, ਹਾਲੇਲੂਯਾ। ਰੱਬ ਦੀ ਕੱਲਾ ਦਾਨ ਪਾਉਣੀ ਨਹੀਂ ਬੀਜਣਾ, ਆਪਣੇ ਆਪ ਨੂੰ ਵੀ ਬੀਜ ਦੇਣਾ। ਬੋਲੋ ਹਾਲੇਲੂਯਾ, ਹਾਲੇਲੂਯਾ। ਜੋ ਬੀਜੇਗਾ ਇਨਸਾਨ ਉਹ ਵੱਡੇਗਾ। ਬਾਈਬਲ ਕਹਿੰਦੀ ਹੈ, ਅਸੀਂ ਪੜ੍ਹ ਰਿਹਾ ਸੀਗੇ ਕਿ ਜਿਹੜਾ ਸਰੀਰ ਲਈ ਬੀਜਦਾ ਉਹ ਸਰੀਰ ਲਈ ਵਿਨਾਸ਼ ਨੂੰ ਵੱਡੇਗਾ, ਜਿਹੜਾ ਆਤਮਾ ਦੇ ਲਈ, ਆਤਮਾ ਨੂੰ ਬਚਾਉਣ ਲਈ, ਆਤਮਾ ਲਈ ਬੀਜਦਾ ਉਹ ਕੀ ਕਰੇਗਾ, ਉਹ ਸਵਰਗ ਵਿੱਚ ਜਾਣ ਲਈ ਹਮੇਸ਼ਾ ਦੀ ਜ਼ਿੰਦਗੀ ਲਈ ਵੱਡੇਗਾ। ਬੋਲੋ ਹਾਲੇਲੂਯਾ, ਹਾਲੇਲੂਯਾ। ਸੋ ਅਸੀਂ ਪੜਾਂਗੇ ਕਲਾਮ ਦੇ ਵਿੱਚੋਂ, ਜਦ ਮਨੁੱਖ ਦੇ ਰਾਹੀਂ ਮੌਤ ਆਈ, ਜਦੋਂ ਮਨੁੱਖ ਦੇ ਰਾਹੀਂ ਮੌਤ ਆਈ ਤਾਂ ਮਨੁੱਖ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ, ਤੇ ਮਨੁੱਖ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ। ਹਾਂਜੀ, ਜਿਸ ਤਰ੍ਹਾਂ ਆਦਮ ਸਭ ਵਿੱਚ ਮੁਰਦੇ ਸਨ, ਜਦੋਂ ਆਦਮ ਵਿੱਚ ਸਾਰੇ ਮੁਰਦੇ ਸਨ, ਉਸੇ ਤਰ੍ਹਾਂ ਮਸੀਹ ਵਿੱਚ ਸਭੇ ਜਵਾਨ, ਉਸੇ ਤਰ੍ਹਾਂ ਮਸੀਹ ਦੇ ਵਿੱਚ ਵੀ ਜਵਾਏ ਜਾਂਦੇ। ਬੋਲ ਹਾਲੇਲੂਯਾ, ਹਾਲੇਲੂਯਾ। ਅਸੀਂ ਬੀਜਣਾ, ਸੋ ਬੀਜਣਾ ਹੈ। ਬੋਲੋ ਹਾਲੇਲੂਯਾ, ਆਪਣੇ ਆਪ ਨੂੰ ਤੇ ਜੋ ਸਾਡੇ ਕੋਲ ਕੁਛ ਹੈ ਪ੍ਰਭੂ ਦੀ ਸੇਵਾ। ਜਿਸ ਤਰ੍ਹਾਂ ਇਹਨਾਂ ਬੇਟੀਆਂ ਲਈ ਗੁੱਡ ਫਰਾਈਡੇ ਜਦੋਂ ਮੈਂ ਵਚਨ ਬੋਲਿਆ, ਪ੍ਰਚਾਰ ਕੀਤਾ, ਉਸੇ ਵਕਤ ਇਹਨਾਂ ਬੇਟੀਆਂ ਨੇ ਮੋਨਾ, ਇਹਦੀ ਸਿਸਟਰ ਕੀ ਦੂਜੇ ਦਾ ਨਾਮ ਨਿਸ਼ਾ, ਨੇ ਆਪਣਾ ਦਿਲ ਖੋਲ ਕੇ ਇਹਨਾਂ ਨੇ ਵੀ ਸੇਵਾ ਲਈ ਭੇਟ ਕੀਤਾ। ਬੋਲੋ ਹਾਲੇਲੂਯਾ, ਹਾਲੇਲੂਯਾ। ਖੁਦਾ ਇਹਨਾਂ ਨੂੰ ਹਜ਼ਾਰਾਂ ਗੁਣਾ ਬਰਕਤ ਦੇ। ਜੋ ਅਸੀਂ ਬੀਜਦੇ ਹਾਂ ਪ੍ਰਭੂ ਦੇ ਕੁਛ ਕਰਦੇ ਹਾਂ, ਜੋ ਕੁਛ ਵੀ ਆਪਣੇ ਸਮੇਂ ਨੂੰ ਬੀਜਦੇ ਹਾਂ। ਬੋਲੋ ਹਾਲੇਲੂਯਾ, ਹਾਲੇਲੂਯਾ। ਕਈ ਵਾਰ ਆਪਣਾ ਸਮਾਂ ਪ੍ਰਭੂ ਨੂੰ ਦਿੰਦੇ ਹਾਂ, ਪ੍ਰਾਰਥਨਾ ਵਿੱਚ ਬੈਠਦੇ ਹਾਂ, ਕਈ ਵਾਰ ਅਸੀਂ ਆਪਣੇ ਆਪ ਨੂੰ ਪ੍ਰਭੂ ਦੀ ਜੂਨ ਵਿੱਚ ਰੱਖਦੇ ਹਾਂ, ਆਪਣੇ ਜੀ ਨੂੰ ਆਪਣੇ ਦਿਲ ਨੂੰ ਅਰਪਣ ਕਰ ਦਿੰਦੇ ਹਾਂ। ਬੋਲੋ ਹਾਲੇਲੂਯਾ, ਹਾਲੇਲੂਯਾ। ਆਪਣਾ ਤਨ ਮਨ ਯਿਸੂ ਨੂੰ ਬੀਜ ਦਿੰਦੇ, ਦੇ ਦਿੰਦੇ ਆਉਂਦੇ ਨੇ ਉਹਦੇ ਘਰ 'ਚ, ਉਹਦੀ ਖੇਤੀ ਦੀ, ਸਵਰਗ ਰਾਜ ਲਈ, ਤੇ ਪਰਮੇਸ਼ੁਰ ਸਾਨੂੰ ਸਵਰਗ ਦਾ ਜੀਵਨ ਦੇਵੇਗਾ। ਬੋਲੋ ਹਾਲੇਲੂਯਾ, ਹਾਲੇਲੂਯਾ। ਖੁਦਾ ਸਾਨੂੰ ਜੇ ਦਿਲਾਵੀ ਕੁਛ ਬੀਜਦੇ ਹਾਂ, ਦਾਨ ਪੁੰਨ ਕਰਦੇ ਹਾਂ, ਸੇਵਾ ਕਰਦੇ ਹਾਂ, ਖੁਦਾ ਕਦੀ ਵੀ ਭੁੱਲਦਾ ਨਹੀਂ। ਬੋਲੋ ਹਾਲੇਲੂਯਾ, ਹਾਲੇਲੂਯਾ। ਬਾਈਬਲ ਕਹਿੰਦੀ ਇਬਰਾਨੀਆਂ 6:12 ਉਹਦੇ 10 ਵਚਨ 'ਚ ਲਿਖਿਆ ਕਿ ਪਰਮੇਸ਼ੁਰ ਕੋ ਨਿਆਇ ਨਹੀਂ ਕਿ ਜੋ ਕੁਛ ਤੁਸੀਂ ਕਰਦੇ ਹੋ ਉਹਨੂੰ ਭੁੱਲ ਜਾਵੇ, ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ, ਰੱਬ ਦੀ ਸੇਵਾ ਕੀਤੀ, ਉਹਨੂੰ ਭੁੱਲ ਜਾਵੇ। ਕਹਿੰਦਾ ਨਹੀਂ, ਹੋ ਨਹੀਂ ਸਕਦਾ, ਉਹਦਾ ਜ਼ਰੂਰ ਤੁਹਾਨੂੰ ਬਰਕਤ ਮਿਲਦਾ। ਬੋਲੋ ਹਾਲੇਲੂਯਾ, ਹਾਲੇਲੂਯਾ। ਜ਼ਰੂਰ ਤੁਹਾਨੂੰ ਬਰਕਤ ਮਿਲਦੀ ਹੈ। ਸੋ ਅਸੀਂ ਆਪਣੇ ਆਪ ਨੂੰ ਹੁਣ ਕੀ ਕਰਨਾ, ਮਾਰਨਾ ਹੈ। ਬੋਲੋ ਹਾਲੇਲੂਯਾ, ਹਾਲੇਲੂਯਾ। ਆਪਣੇ ਆਪ ਨੂੰ ਮਾਰਨਾ, ਬੋਲੋ ਕਣਕ ਦਾ ਦਾਣਾ ਜ਼ਮੀਨ ਵਿੱਚ ਜਾਂਦਾ ਤੇ ਕੀ ਹੋ ਜਾਂਦਾ, ਜਦੋਂ ਜ਼ਮੀਨ ਵਿੱਚ ਜਾਂਦਾ, ਜ਼ਮੀਨ ਵਿੱਚ ਜਦੋਂ ਪਾਉਂਦੇ ਆ ਕਿਸਾਨ,
ਉਦੋਂ ਤਾਕਤਵਰ ਹੁੰਦਾ ਨਾ, ਕਰੜਾ ਜਿਹਾ ਸਖ਼ਤ ਹੁੰਦਾ ਨਾ, ਤੇ ਜਦੋਂ ਜ਼ਮੀਨ 'ਚ ਚਲੇ ਜਾਂਦਾ ਫਿਰ ਉਦਾਂ ਦਾ ਕਹਿੰਦਾ ਉਹ ਆਪਣੇ ਆਪ ਨੂੰ ਕੀ ਕਰਦਾ ਪਹਿਲਾਂ ਉਹ ਮਾਰਦਾ। ਉਹ ਕਮਜ਼ੋਰ ਪੈ ਜਾਂਦਾ ਅੰਦਰ ਜਾ ਕੇ ਜ਼ਮੀਨ ਦੇ ਗਲਦਾ ਹੈ ਨਾ, ਮਰਦਾ ਤੇ ਫਿਰ ਕੁਛ ਸਮਾਂ ਪਾ ਕੇ ਤੇ ਫਿਰ ਉਹੀ ਦਾਣਾ ਬਾਹਰ ਦਾਣਾ ਬਣ ਕੇ ਨਿਕਲਦਾ। ਕਿੱਦਾਂ ਨਿਕਲਦਾ ਬੋਲੋ? ਬੂਟਾ ਬਣ, ਸਾਰੇ ਕੋਲੋਂ ਕੀ ਨਿਕਲਦਾ? ਬੂਟਾ। ਤੁਸੀਂ ਸਾਰੇ ਦੇਖੇ ਕਣਕ ਬੀਜੀ ਆ ਤੇ ਬਾਹਰ ਫਿਰ ਜਦੋਂ ਨਿਕਲਦਾ ਤੇ ਬੂਟਾ ਨਿਕਲਦਾ ਹੈ, ਕਿਹੋ ਜਿਹਾ? ਲਾਲ ਰੰਗ ਦਾ। ਕਿਹੋ ਜਿਹਾ ਬੋਲੋ? ਕਿਹੋ ਜਿਹਾ ਬੋਲੋ? ਹਰੇ ਰੰਗ ਦਾ ਬੂਟਾ ਨਿਕਲਦਾ, ਪੌਦਾ ਨਿਕਲਦਾ ਨਾ।